ਆ ਰਹੇ ਹਾਂ ਵੀਰੇ, ਬਸ 10 ਮਿੰਟਾਂ 'ਚ ਤੇਰੇ ਕੋਲ ਪਹੁੰਚ ਗਿਆ। ਹਾਂ ਸ਼ੈਲੀ, ਮੈਂ ਨਾ ਬਾਹਰ ਜਾਣਾ, ਮੈਨੂੰ ਜ਼ਰੂਰੀ ਕੰਮ ਹੈ, ਮੇਰੇ ਕੱਪੜੇ ਪੈਕ ਕਰ ਦੇ। ਬਾਹਰ ਜਾਣਾ? ਤੁਸੀਂ ਪਹਿਲਾਂ ਤਾਂ ਮੇਰੇ ਨਾਲ ਕੋਈ ਗੱਲ ਕੀਤੀ ਨਹੀਂ ਬਾਹਰ ਜਾਣ ਦੀ। ਉਹ ਬਾਹਰ ਜਾਣ ਦਾ ਤਾਂ ਮੈਂ ਤੈਨੂੰ ਤਾਂ ਦੱਸਦਾ ਜੇ ਮੈਨੂੰ ਖੁਦ ਨੂੰ ਪਤਾ ਹੁੰਦਾ। ਉਹ ਤਾਂ ਕੰਪਨੀ ਦੇ ਕੰਮ ਦੇ ਸਿਲਸਿਲੇ 'ਚ ਕੰਮ ਦੇਖਣ ਜਾਣਾ ਬਾਹਰ। ਠੀਕ ਆ ਜੀ, ਕਰ ਦਿੰਦੇ ਹਾਂ ਕੱਪੜੇ ਪੈਕ। ਵੈਸੇ ਕਿੰਨੇ ਕੁ ਦਿਨ ਲਗਾ ਕੇ ਆਉਣੇ ਤੁਸੀਂ ਬਾਹਰੇ? ਸ਼ੈਲੀ, ਇਹ ਤਾਂ ਹੁਣ ਜਾਇਦ ਹੀ ਪਤਾ ਲੱਗੂਗਾ ਨਾ ਵੀ ਕਿੰਨੇ ਦਿਨ ਲੱਗਦੇ ਨੇ ਕਿੰਨੇ ਨਹੀਂ। ਚਲੋ ਠੀਕ ਆ ਜੀ, ਹੁਣੇ ਕਰਦੀ ਹਾਂ ਤੁਹਾਡਾ ਬੈਗ ਪੈਕ। ਮੰਮੀ ਦਾ ਫੋਨ? ਹੈਲੋ ਹੈਲੋ, ਕੀ ਗੱਲ ਹੋ ਗਈ ਮੰਮੀ? ਉਹ ਤੁਹਾਡੀ ਸਿਹਤ ਤਾਂ ਠੀਕ ਆ, ਤੁਸੀਂ ਇੰਨਾ ਖੰਘਣ ਕਿਉਂ ਲੱਗੇ ਪਏ ਹੋ? ਕੁਛ ਨਹੀਂ ਪੁੱਤ, ਆ ਗਲਾ ਜਿਹਾ ਖਰਾਬ ਹੋਇਆ ਪਿਆ ਸੀ। ਮੈਂ ਤਾਂ ਤੈਨੂੰ ਐਂ ਕਹਿਣ ਨੂੰ ਫੋਨ ਕੀਤਾ ਸੀ ਵੀ ਤੂੰ ਨਾ ਮੇਰੇ ਕੋਲ ਆ ਜਾ, 4 ਦਿਨ ਕਢਾ ਜਾ ਮੇਰੇ। ਮੈਂ 4 ਦਿਨ ਕਢਾ ਕੇ ਜਾਵਾਂ? ਮੰਮੀ, ਮੇਰਾ ਆਉਣਾ ਔਖਾ, ਤੁਹਾਨੂੰ ਵੀ ਤਾਂ ਪਤਾ ਵੀ ਜਿਹੜੀ ਕੰਪਨੀ 'ਚ ਇਹ ਕੰਮ ਕਰਦੇ ਆ ਨਾ, ਉੱਥੇ ਛੁੱਟੀ ਇਹਨਾਂ ਨੂੰ ਮਸਾਂ ਮਿਲਦੀ ਆ। ਇਹਨਾਂ ਦੀ ਕੰਪਨੀ ਦੇ ਰੂਲ ਬਹੁਤ ਸਖਤ ਨੇ, ਮੇਰਾ ਆਉਣਾ ਮੁਸ਼ਕਿਲ ਹੀ ਆ। ਪਰ ਤੁਸੀਂ ਫਿਕਰ ਨਾ ਕਰੋ, ਮੈਂ ਇੱਕ ਵਾਰ ਇਹਨਾਂ ਨਾਲ ਗੱਲ ਜ਼ਰੂਰ ਕਰੂੰਗੀ। ਤੂੰ ਆ ਜੀ ਪੁੱਤ, ਮੈਂ ਤੈਨੂੰ ਉਡੀਕੂੰਗੀ। ਠੀਕ ਆ ਮੰਮੀ। ਸ਼ੈਲੀ, ਕਰਤੇ ਕੱਪੜੇ ਪੈਕ? ਹਾਂਜੀ ਕਰਤੇ। ਆ ਤੂੰ ਮੂੰਹ ਜਿਹਾ ਕਿਉਂ ਲਮਕਾਇਆ ਨਾਲੇ, ਕੀ ਗੱਲ ਹੋ ਗਈ? ਨਹੀਂ ਨਹੀਂ ਜੀ, ਕੋਈ ਗੱਲ ਨਹੀਂ। ਉਹ ਜਦੋਂ ਵੀ ਮੈਂ ਜਾਣਾ ਹੁੰਦਾ ਨਾ, ਤੇਰਾ ਮੂੰਹ ਜਿਹਾ ਬਣ ਜਾਂਦਾ। ਉਹ ਜੇ ਕੋਈ ਮਨ 'ਚ ਗੱਲ ਹੈ ਤਾਂ ਮੈਨੂੰ ਖੁੱਲ੍ਹ ਕੇ ਦੱਸ ਦਿਆ ਕਰ, ਨਾਲੇ ਇਸ ਵਾਰੀ ਮੈਨੂੰ 15 ਦਿਨ ਲੱਗ ਜਾਣਗੇ ਘੱਟੋ ਘੱਟ ਉੱਥੇ। 15 ਦਿਨ? ਹਾਂ 15 ਦਿਨ। ਜੇ ਹਜੇ ਵੀ ਕੋਈ ਗੱਲ ਦਿਮਾਗ 'ਚ ਹੈਗੀ ਨਾ ਤਾਂ ਦੱਸ ਦੇ। ਜੇ ਇਹਨਾਂ ਨੂੰ ਮੈਂ ਮੰਮੀ ਬਾਰੇ ਦੱਸਤਾ ਅਤੇ ਇਹਨਾਂ ਨੇ ਜਾਣਾ ਕੈਂਸਲ ਕਰਤਾ, ਫਿਰ ਇਹਨਾਂ ਦਾ ਕੰਮ ਵਿੱਚ ਲੋਸ ਹੋ ਜਾਣਾ। ਨਹੀਂ ਨਹੀਂ, ਔਖੇ ਸੌਖੇ ਆਹ 15 ਦਿਨ ਵੀ ਫਿਰ ਮੈਂ ਕੱਢ ਹੀ ਲੈਂਦੀ ਹਾਂ। ਨਹੀਂ ਜੀ, ਕੋਈ ਗੱਲ ਨਹੀਂ ਹੈਗੀ। ਚੱਲ ਠੀਕ ਹੈ, ਜੇ ਕੋਈ ਗੱਲ ਨਹੀਂ ਹੈਗੀ ਫਿਰ ਮੈਂ ਚੱਲਦਾ। ਸ਼ੈਲੀ, ਤੂੰ ਸੱਚ ਸੱਚ ਦੱਸੀ, ਕਿਹਦਾ ਫੋਨ ਆਇਆ ਸੀ? ਫੋਨ ਜੀ ਮੰਮੀ ਦਾ। ਕੀ ਕਹਿੰਦੇ ਫਿਰ ਮੰਮੀ? ਜੀ ਮੰਮੀ ਦੀ ਨਾ ਤਬੀਅਤ ਨਹੀਂ ਠੀਕ ਹੈਗੀ, ਉਹ ਕਹਿੰਦੇ ਤੂੰ ਮੇਰੇ 4 ਕੁ ਦਿਨ ਕਢਾ ਜਾ। ਉਹ ਮੰਮੀ ਦੀ ਤਬੀਅਤ ਖਰਾਬ ਹੈ ਅਤੇ ਤੂੰ ਕਹਿ ਰਹੀ ਹੈ ਕੋਈ ਗੱਲ ਹੀ ਨਹੀਂ? ਮੰਮੀ ਨੇ ਆਪਦੇ ਔਖੇ ਟਾਈਮ 'ਚ ਤੈਨੂੰ 4 ਦਿਨ ਕਢਾਉਣ ਨੂੰ ਕਹੇ ਨੇ, ਫਿਰ ਤੂੰ ਕੀ ਕਿਹਾ ਮੰਮੀ ਨੂੰ? ਜੀ ਮੈਂ ਮੰਮੀ ਨੂੰ ਕੀ ਕਹਿਣਾ, ਤੁਹਾਡਾ ਕੰਪਨੀ ਦੇ ਕੰਮ ਲਈ ਜਾਣਾ ਜ਼ਿਆਦਾ ਜ਼ਰੂਰੀ ਸੀ, ਇਸ ਲਈ ਮੈਂ ਮੰਮੀ ਨੂੰ ਜਵਾਬ ਦੇਤਾ ਵੀ ਮੈਂ ਨਹੀਂ ਆ ਸਕਦੀ। ਤੇਰਾ ਦਿਮਾਗ ਤਾਂ ਸੈੱਟ ਹੈ, ਅੱਗੇ ਜਵਾਬ ਦੇਤਾ। ਉਹ ਜੇ ਤੂੰ ਨਹੀਂ ਉਹਨਾਂ ਦੇ ਕੰਮ ਆਏਗੀ ਫਿਰ ਹੋਰ ਕੌਣ ਆਊ? ਜੀ ਮੈਂ ਸਾਰੀ ਗੱਲ ਸਮਝਦੀ ਹਾਂ, ਪਰ ਤੁਸੀਂ ਵੀ ਤਾਂ ਸਮਝੋ, ਜੇ ਮੇਰਾ ਉੱਧਰ ਜਾਣਾ ਜ਼ਰੂਰੀ ਆ ਤਾਂ ਫਿਰ ਮੇਰੇ ਇੱਧਰ ਵੀ ਤਾਂ ਰਹਿਣਾ ਜ਼ਿਆਦਾ ਜ਼ਰੂਰੀ ਆ। ਚੱਲ ਕਿਹੋ ਜਿਹੀਆਂ ਗੱਲਾਂ ਕਰਦੀ ਹੈ,
ਉਹ ਤੇਰਾ ਇੱਧਰ ਨਾਲੋਂ ਮੰਮੀ ਲਵੇ ਰਹਿਣਾ ਜ਼ਿਆਦਾ ਜ਼ਰੂਰੀ ਹੈ। ਜੀ ਮੈਂ ਤਾਂ ਡਰਦੀ ਤੁਹਾਡੇ ਨਾਲ ਤਾਂ ਨਹੀਂ ਗੱਲ ਕਰਦੀ ਸੀ ਵੀ ਤੁਸੀਂ ਮੈਨੂੰ ਗੁੱਸੇ ਹੋਵੋਗੇ। ਉਹ ਗੁੱਸੇ ਕਿਉਂ ਹੋਊਗਾ, ਉਹ ਜਿਹੋ ਜਿਹੀ ਤੇਰੀ ਮਾਂ ਉਹੋ ਜਿਹੀ ਤਾਂ ਮੇਰੀ ਮਾਂ, ਉਹ ਮੈਂ ਕਦੇ ਆਪਣੀਆਂ ਮਾਵਾਂ 'ਚ ਫਰਕ ਨਹੀਂ ਕੀਤਾ। ਨਾਲੇ ਨਾ ਹੁਣ ਤੂੰ ਇਕੱਲੀ ਨਹੀਂ ਉੱਥੇ ਜਾਵੇਂਗੀ, ਮੈਂ ਤੇਰੇ ਨਾਲ ਚੱਲੂ। ਜੀ ਪਰ ਤੁਹਾਡੀ ਕੰਪਨੀ ਦਾ ਕੰਮ ਆ। ਉਹ ਮਾਂ ਬਾਪ ਦੇ ਉੱਪਰ ਦੀ ਨਾ ਹੋਰ ਕੋਈ ਕੰਮ ਨਹੀਂ ਹੁੰਦਾ। ਚੱਲ ਹੁਣ ਮੁਸਕਰਾ ਜੇ ਨਾ, ਆਹ ਬੈਗ ਦੇ ਵਿੱਚ ਨਾ ਹੁਣ ਆਪਦੇ ਵੀ ਕੱਪੜੇ ਪਾ ਲੈ, ਚੱਲ ਛੇਤੀ ਚੱਲੀਏ। ਜੀ ਤੁਸੀਂ ਬਹੁਤ ਚੰਗੇ ਹੋ, ਜਿਹੜਾ ਤੁਸੀਂ ਮੇਰੀ ਮਾਂ ਦੀ ਤਕਲੀਫ ਨੂੰ ਸਮਝਿਆ। ਉਹ ਫੇਰ ਉਹੀ ਗੱਲ ਸ਼ੈਲੀ, ਤੇਰੀ ਮਾਂ ਮੇਰੀ ਮਾਂ, ਉਹ ਮਾਂ ਬਾਪ ਦੇ ਉੱਪਰ ਦੀ ਕੁਛ ਨਹੀਂ ਹੁੰਦਾ। ਚੱਲ ਹੁਣ ਚੱਲੀਏ ਆਪਾਂ। ਸਤਿ ਸ਼੍ਰੀ ਅਕਾਲ ਜੀ, ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਡਾ ਇਸ ਵੀਡੀਓ ਵਿੱਚ ਦਿੱਤਾ ਹੋਇਆ ਮੈਸੇਜ ਜ਼ਰੂਰ ਵਧੀਆ ਲੱਗਿਆ ਹੋਵੇਗਾ, ਅਤੇ ਜਿਹਨਾਂ ਜਿਹਨਾਂ ਨੂੰ ਵਧੀਆ ਲੱਗਿਆ ਜੀ ਉਹ ਸ਼ੇਅਰ ਜ਼ਰੂਰ ਕਰਿਓ, ਸ਼ੇਅਰ ਤੁਸੀਂ ਕਰਦੇ ਨਹੀਂ। ਆ ਹੱਥ ਜੋੜ ਕੇ ਬੇਨਤੀ ਹੈ ਜੀ, ਮਿਹਨਤ ਬਹੁਤ ਲੱਗਦੀ ਆ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਹਾਂਜੀ, ਅਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਆ। ਅਤੇ ਇੱਕ ਹੋਰ ਗੱਲ ਜੀ, ਅਸੀਂ ਕਿਸ ਟੋਪਿਕ 'ਤੇ ਨਵੀਂ ਵੀਡੀਓ ਲੈ ਕੇ ਆਈਏ ਉਹ ਸਾਨੂੰ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਆ ਕਰੋ। ਅਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।